ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜਸਮੀਤ ਪਾਟੀਆ ਔਰ ਅੱਜ ਮੇਰੇ ਨਾਲ ਨੇ ਇੰਦਰਜੀਤ ਸਿੰਘ ਜਿਨ੍ਹਾਂ ਦਾ ਨਾਇਗਰਾ ਕਾਲਜ ਦਾ ਸਟੂਡੈਂਟ ਵੀਜ਼ਾ ਲੱਗ ਕੇ ਆਇਆ ਸੋ ਇੰਦਰਜੀਤ ਮੈਂ ਤੁਹਾਨੂੰ ਕਹਾਂਗਾ ਕਿ ਥੋੜ੍ਹਾ ਜਿਹਾ ਐਕਸਪੀਰੀਅੰਸ ਬਾਰੇ ਦੱਸੋ ਕਿ ਕਦੋਂ ਤੁਹਾਡਾ AIP ਆਇਆ ਮੇਰਾ AIP ਅਗਸਤ ਵਿੱਚ ਆ ਗਿਆ ਸੀਗਾ ਜੀ ਓਕੇ ਜੁਲਾਈ ਵਿੱਚ ਫਾਈਲ ਮੈਂ ਲਾਂਚ ਕੀਤੀ ਸੀ ਹਾਂਜੀ ਸਰ ਅਤੇ ਮੇਰੀ ਸਿਵਲ ਇੰਜੀਨੀਅਰ ਟੈਕਨੀਸ਼ੀਅਨ ਦਾ ਕੋਰਸ ਹੈ ਨਾਇਗਰਾ ਕਾਲਜ ਆਈ ਅਤੇ ਸਰ ਮੈਡੀਕਲ ਦੀ ਰਿਕੁਆਇਰਮੈਂਟ ਆਈ ਸੀ ਦੁਬਾਰਾ ਅਤੇ ਮੈਂ ਦੁਬਾਰਾ ਪੁੱਟ ਕਰਤੀ ਸੀ ਹੁਣ ਮੈਂ ਆਪਦਾ ਵੀਜ਼ਾ ਮਤਲਬ ਪਹਿਲਾਂ ਕੋਈ ਰਿਫਿਊਜ਼ਲ ਤਾਂ ਨਹੀਂ ਸੀ ਤੁਹਾਡੀ ਨੋ ਸਰ ਕੋਈ ਰਿਫਿਊਜ਼ਲ ਨਹੀਂ ਸੀ ਇੰਦਰਜੀਤ ਦੀ ਔਰ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਇੱਥੋਂ ਕੀਤਾ ਹੋਇਆ ਸੀ ਇੰਦਰਜੀਤ ਨੇ ਔਰ ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ ਦਾ ਡਿਪਲੋਮਾ ਨਾਇਗਰਾ ਕਾਲਜ 'ਚ 2 ਸਾਲ ਦਾ ਕਰਨ ਜਾ ਰਹੇ ਨੇ ਇੰਦਰਜੀਤ ਤਾਂ ਇੰਦਰਜੀਤ ਜਿਹੜੀ ਤੁਸੀਂ ਆਨਲਾਈਨ ਕਲਾਸਿਸ ਲਗਾ ਰਹੇ ਤੁਸੀਂ ਦੱਸਿਆ ਮੈਨੂੰ ਕਿ ਆਨਲਾਈਨ ਤੁਸੀਂ ਪੜ੍ਹ ਰਹੇ ਤਾਂ ਉਹਦੇ 'ਚ ਕੋਈ ਪ੍ਰੋਬਲਮ ਤੁਹਾਨੂੰ ਫੇਸ ਹੋਈ ਨੋ ਸਰ ਕੋਈ ਪ੍ਰੋਬਲਮ ਨਹੀਂ ਗੀ ਬਸ ਆਪਦਾ ਪ੍ਰੈਕਟੀਕਲ ਕੋਰਸ ਹੈ ਵੈਸੇ ਅਤੇ ਬਹੁਤ ਹੀ ਵਧੀਆ ਮਤਲਬ ਕੋਆਪਰੇਟਿਵ ਟੀਚਰਸ ਨੇ ਉੱਥੋਂ ਦੇ ਅਤੇ ਵਧੀਆ ਬਹੁਤ ਹੀ ਵਧੀਆ ਮਾਰਕਸ ਆ ਰਹੇ ਹੈ ਜੀ ਤੇ ਆਈਲੈਟਸ ਕਿੰਨੀ ਸੀ ਆਪਣੀ 6 ਓਵਰਆਲ ਬੈਂਡ ਸਕੋਰਸ ਕਿਹੜੇ ਮੋਡਿਊਲ ਚ ਤੁਹਾਡੀ ਰਾਈਟਿੰਗ ਚ ਕਿ ਰਾਈਟਿੰਗ ਸੀ ਮੈਨੂੰ ਕਿ 5.5 ਬੈਂਡ ਸੀ ਡਰ ਸੀ ਕਿ ਵੀਜ਼ਾ ਨਹੀਂ ਲੱਗੇਗਾ ਯਾ ਸਰ ਥੋੜਾ ਡਰ ਸੀਗਾ ਪਰ ਤੁਹਾਡੇ ਤੇ ਵਿਸ਼ਵਾਸ ਸੀਗਾ ਜੀ ਮੈਂ ਫਰੀਦਕੋਟ ਤੋਂ ਬਿਲੋਂਗ ਕਰਦਾ ਹਾਂ ਮੈਨੂੰ ਵੀ ਬਹੁਤ ਦੂਰ ਪੈ ਰਿਹਾ ਸੀ ਬਟ ਮੈਂ ਫਿਰ ਵੀ ਕਾਉਂਸਲਿੰਗ ਲੈਣ ਗਿਆ ਮੋਗਾ ਬ੍ਰਾਂਚ ਉੱਥੋਂ ਦੇ ਬਹੁਤ ਹੀ ਕੋਆਪਰੇਟਿਵ ਸੀ ਚਮਨਪ੍ਰੀਤ ਸਰ ਅਤੇ ਸੌਰਵ ਸਰ ਮੈਨੂੰ ਉਹਨਾਂ ਨੇ ਬਹੁਤ ਕੋਆਪਰੇਟਿਵ ਨਾਲ ਮਤਲਬ ਪੋਲਾਈਟ ਵੇ ਨਾਲ ਮੇਰੇ ਨਾਲ ਗੱਲ ਕੀਤੀ ਅਤੇ ਡੀਲ ਕੀਤਾ ਫਿਰ ਮੈਂ ਆਪਦਾ ਵੀਜ਼ਾ ਅਪਲਾਈ ਕੀਤਾ ਅਤੇ ਅੱਜ ਮੈਂ ਸਰ ਤੁਸੀਂ ਮੇਰੇ ਲਾਈਵ ਦੇਖਦੇ ਹੋਗੇ ਸੀ ਰੈਗੂਲਰ ਲਾਈਵ ਕਰਦਾ ਮੈਂ ਔਰ ਬਟ ਨਾਰਮਲੀ ਪਤਾ ਕਿ ਸਟੂਡੈਂਟ ਪਰਸੋਂ ਚੌਥ ਬੜਾ ਕਮੈਂਟ ਕਰ ਰਹੇ ਸੀ ਕਿ ਨਾਨ SDS ਕੇਸ 'ਚ ਬਿਲਕੁਲ ਵੀਜ਼ਾ ਨਹੀਂ ਆ ਰਿਹਾ ਪਰ ਤੁਸੀਂ ਸਾਹਮਣੇ ਖੜੇ ਹੋ ਇੰਦਰਜੀਤ ਸਾਹਮਣੇ ਖੜੇ ਆ ਰਾਈਟਿੰਗ 'ਚ 5.5 ਬੈਂਡ ਹੈ ਔਰ ਆਈ ਟੈਲ ਯੂ ਕਿ ਮੇਰੇ ਕੋਲ ਅੱਧੇ 50% ਆਫ ਜਿਹੜੇ ਵੀਜ਼ਾ ਅਪਰੂਵਲਸ ਆ ਰਹੇ ਉਹ ਨਾਨ SDS ਕੈਟੇਗਰੀ 'ਚ ਆ ਰਹੇ ਆ ਔਰ ਅੱਧੇ ਵੀਜ਼ਾ ਅਪਰੂਵਲ SDS ਕੈਟੇਗਰੀ 'ਚ ਆ ਰਹੇ ਆ ਔਰ ਜੇ ਸਕਸੈਸ ਰੇਟ ਦੀ ਗੱਲ ਕੀਤੀ ਜਾਏ ਤਾਂ ਇਕੁਅਲ ਸਕਸੈਸ ਰੇਟ ਹੀ ਚੱਲ ਰਿਹਾ ਨਾਨ SDS ਔਰ SDS ਕੈਟੇਗਰੀ ਦਾ ਬਟ ਮੈਨੂੰ ਇੱਕ ਚੀਜ਼ ਹੋਰ ਦੱਸੋ ਸਟੂਡੈਂਟ ਬਹੁਤ ਕਤਰਾਉਂਦੇ ਆ ਕਿ ਡਾਕੂਮੈਂਟਸ ਕਿਹੜੇ ਕਿਹੜੇ ਲਾਏ ਆਪਾਂ ਕੰਪਲੀਟ ਡਾਕੂਮੈਂਟਸ ਤੁਹਾਨੂੰ ਗਾਈਡ ਕੀਤੇ ਹੋਏ ਸਰ ਕੰਪਲੀਟ ਡਾਕੂਮੈਂਟ ਤੇ SOP ਬਹੁਤ ਹੀ ਸਟਰੋਂਗ ਬਣਾਈ ਗਈ ਸੀ ਮਨਦੀਪ ਮੈਮ ਥਰੂ ਮੈਨੂੰ ਮਤਲਬ ਕਿ ਬਹੁਤ ਹੀ ਕੋਆਪਰੇਟਿਵ ਲੱਗੇ ਕਿ ਫਾਈਨੈਂਸ਼ੀਅਲ ਡਾਕੂਮੈਂਟ ਤੁਸੀਂ ਪੁੱਟ ਅਪ ਕੀਤੇ ਸੀ ਯਸ ਸਰ ITRs ਲਾਈਆਂ ਸੀ ਤੇ ਫਾਦਰ ਸਾਹਿਬ ਦੇ ਪੈਨਸ਼ਨ ਡਾਕੂਮੈਂਟਸ ਲਗਾਏ ਸੀ ਸੋ ਜੇ ਨਾਨ SDS ਫਾਈਲ 'ਚ ਆਪਾਂ ਚੰਗੀ ਤਰ੍ਹਾਂ ਡਾਕੂਮੈਂਟਸ ਪੁੱਟ ਅਪ ਕਰਦੇ ਹਾਂ ਤਾਂ ਵੀਜ਼ਾ ਲੱਗ ਰਹੇ ਨੇ ਅੱਜ ਦੀ ਰੇਟ 'ਚ ਵੀ ਲੱਗ ਰਹੇ ਨੇ ਔਰ ਫਿਊਚਰ 'ਚ ਵੀ ਲੱਗਣਗੇ ਬਟ ਸਟੂਡੈਂਟਸ ਯੂ ਹੈਵ ਟੂ ਸੀ ਕਿ ਤੁਸੀਂ ਕਿੱਦਾਂ ਆਪਣੀ ਫਾਈਲ ਪੁੱਟ ਅਪ ਕਰਦੇ ਹੋ ਇੰਦਰਜੀਤ ਆਨਲਾਈਨ ਕਲਾਸਿਸ ਵੀ ਲਗਾ ਰਿਹਾ ਪੂਰੀ ਸਪੋਰਟ ਮਿਲ ਰਹੀ ਹੈ ਔਰ ਹੁਣ ਇਹਦਾ ਵੀਜ਼ਾ ਸਟੈਂਪ ਹੋ ਕੇ ਆ ਰਿਹਾ ਤਾਂ ਹੁਣ ਫਿਊਚਰ ਆਪਾਂ ਟਿਕਟ ਕਦੋਂ ਬੁੱਕ ਕਰਨੀ ਹੈ ਸਰ ਕਾਲਜ ਨੂੰ ਮੇਲ ਕੀਤੀ ਹੋਈ ਹੈ ਟਰੈਵਲ ਫਾਰਮ ਦੇ ਜ਼ਰੀਏ ਕੁਆਰੰਟਾਈਨ ਪਲਾਨ ਦੇਣਗੇ ਫਿਰ ਉਹੀ ਟਿਕਟ ਦੱਸਣਗੇ ਤਾਂ ਕਰਕੇ ਫਿਰ ਮੈਂ ਅੱਗੇ ਫਰਦਰ ਸੀ ਇਸ ਚੀਜ਼ ਦੇ ਉੱਤੇ ਵੀ ਬੜੀ ਜ਼ਿਆਦਾ ਕਨਫਿਊਜ਼ਨ ਚੱਲ ਰਹੀ ਹੈ ਕੁਝ ਏਜੰਟਸ ਕਹਿ ਰਹੇ ਜਿੱਦਣ ਤੁਹਾਡਾ ਵੀਜ਼ਾ ਸਟੈਂਪ ਹੋ ਕੇ ਆ ਗਿਆ ਚਾਹੇ ਅਗਲੇ ਦਿਨ ਟਰੈਵਲ ਕਰ ਲਓ ਯੂ ਕੈਨ ਨਾਟ ਟਰੈਵਲ ਵਿਦਆਊਟ ਕੁਆਰੰਟਾਈਨ ਪਲਾਨ ਜਾਂ ਕੋਵਿਡ ਰੈਡਨੈਸ ਪਲਾਨ ਤੁਹਾਨੂੰ ਵਾਪਸ ਭੇਜਿਆ ਜਾ ਸਕਦਾ ਹੈ ਕੈਨੇਡਾ ਬਾਰਡਰ ਤੋਂ ਜੇ ਤੁਹਾਡੇ ਕੋਲ ਕੁਆਰੰਟਾਈਨ ਪਲਾਨ ਨਹੀਂ ਹੋਏਗਾ ਅੱਜ ਦੇ ਚ ਓਨਟਾਰੀਓ ਚ ਦੁਬਾਰਾ ਲੋਕਡਾਊਨ ਲੱਗ ਚੁੱਕਿਆ ਬਟ ਸਟੱਡਿੰਗ ਆਨਲਾਈਨ ਇਜ਼ ਅਸੈਂਸ਼ੀਅਲ ਟਰੈਵਲ ਜਿਵੇਂ ਇੰਦਰਜੀਤ ਆਨਲਾਈਨ ਪੜ੍ਹ ਰਹੇ ਹੈ ਔਰ ਰੈਗੂਲਰਲੀ ਪੜ੍ਹ ਰਹੇ ਨੇ ਸੋ ਇਹਨਾਂ ਦਾ ਜਿਹੜਾ ਟਰੈਵਲ ਹੈ ਦੈਟ ਇਜ਼ ਅਸੈਂਸ਼ੀਅਲ ਦੈਟ ਕਮਸ ਅੰਡਰ ਅਸੈਂਸ਼ੀਅਲ ਕੈਟੇਗਰੀ ਸੋ ਕਾਲਜ ਨੂੰ ਇਹਨਾਂ ਨੂੰ ਕੁਆਰੰਟਾਈਨ ਪਲਾਨ ਦੇਣਾ ਪਏਗਾ ਔਰ ਇਹਨਾਂ ਨੂੰ ਇੱਕ ਲੈਟਰ ਲੈ ਕੇ ਕਾਲਜ ਤੋਂ ਤਾਂ ਹੀ ਜਾ ਸਕਦੇ ਹੈ ਨਹੀਂ ਤਾਂ ਇਹ ਨਹੀਂ ਜਾ ਸਕਦੇ ਸੋ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਸਰ ਸੋ ਕੀ ਕਹਿਣਾ ਚਾਹੋਗੇ ਸਟੂਡੈਂਟਸ ਨੂੰ ਕਿਉਂਕਿ ਇੱਕ 5.5 ਜਦੋਂ ਹੁੰਦੇ ਨਾ ਸਟੂਡੈਂਟਸ ਨੂੰ ਨਾਰਮਲੀ ਪ੍ਰਾਈਵੇਟ ਕਾਲਜ ਦੇ ਦਿੰਦੇ ਆ ਹਾਂਜੀ ਇਹੀ ਹੁੰਦਾ ਮੈਂ ਦੇਖਿਆ ਜਦੋਂ ਮੇਰੇ ਕੋਲ ਸਟੂਡੈਂਟ ਆਉਂਦਾ 2 ਵਾਰੀ ਰਿਫਿਊਜ਼ਲ ਲਗਵਾ ਕੇ ਆਉਂਦਾ ਔਰ ਪ੍ਰਾਈਵੇਟ ਕਾਲਜ ਦੇ ਦਿੰਦਾ ਇਹੀ ਬਹੁਤ ਵੱਡੀ ਕੀ ਕਹਿੰਦੇ ਆ ਤੁਸੀਂ ਡਿਪਲੋਮਾ ਕੀਤਾ ਹੋਇਆ ਤੁਹਾਨੂੰ ਵੀ ਕਨਫਿਊਜ਼ਨ ਹੋਣੀ ਆ ਮੈਨੂੰ ਲੱਗਦਾ ਬਟ ਸਾਡੀ ਟੀਮ ਵੱਲੋਂ ਤੁਹਾਨੂੰ ਪ੍ਰਾਈਵੇਟ ਕਾਲਜ ਤਾਂ ਨਹੀਂ ਗਾਈਡ ਕੀਤਾ ਗਿਆ ਨਹੀਂ ਸਰ ਮੈਂ ਸਟੂਡੈਂਟ ਨੂੰ ਇਹੀ ਕਹਿਣਾ ਚਾਹੂੰਗਾ ਇੱਕ ਵਾਰ ਤੁਸੀਂ ਲੈਂਡਮਾਰਕ ਜ਼ਰੂਰ ਵਿਜ਼ਿਟ ਕਰੋ ਤੇ ਆ ਬਹੁਤ ਹੀ ਪੋਲਾਈਟ ਵੇ ਨਾਲ ਗੱਲ ਕਰਦੇ ਨੇ ਤੇ ਡਾਕੂਮੈਂਟਸ ਜਿਹੜੇ ਜਿਹੜੇ ਨੈਸੈਸਰੀ ਹੋਣਗੇ ਉਹ ਤੁਹਾਨੂੰ ਦੱਸਣਗੇ ਉਹ ਪੁੱਟ ਕਰੋ ਤੇ ਆਪਦਾ ਵੀਜ਼ਾ ਹਾਸਲ ਕਰੋ ਜੀ ਸੋ ਥੈਂਕ ਯੂ ਸੋ ਮਚ ਐਂਡ ਤੁਸੀਂ ਵੀ ਸਾਡੇ ਆਫਿਸਿਸ 'ਚ ਵਿਜ਼ਿਟ ਕਰ ਸਕਦੇ ਹੋ ਜਲੰਧਰ ਲੁਧਿਆਣਾ ਮੋਗਾ ਅੰਮ੍ਰਿਤਸਰ ਓਵਰਆਲ 6 ਬੈਂਡ ਹੈ ਤਾਂ ਵੀ ਅਸੀਂ ਗੌਰਮੈਂਟ ਕਾਲਜ ਹੀ ਗਾਈਡ ਕਰਾਂਗੇ 6 ਸੀਟ ਹੈ ਤਾਂ ਵੀ ਗੌਰਮੈਂਟ ਕਾਲਜ ਗਾਈਡ ਕਰਾਂਗੇ ਔਰ ਫਿਊਚਰ 'ਚ ਜਿਹੜੇ ਵੀ ਇਨਟੇਕਸ 'ਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਨਾਇਗਰਾ ਕਾਲਜ ਇਜ਼ ਆਲਸੋ ਸਟਿਲ ਓਪਨ ਥੈਂਕ ਯੂ ਥੈਂਕ ਯੂ